ਈਦ ਤੋਂ ਪਹਿਲਾਂ ਲੱਖਾਂ ਦੇ ਵਿਦੇਸ਼ੀ ਬੱਕਰੇ ਚੋਰੀ ਹੋ ਗਏ। ਇੱਕ ਦਿਨ ਪਹਿਲਾਂ ਚੋਰ ਗ੍ਰਾਹਕ ਬਣ ਕੇ ਆਏ ਬੱਕਰਿਆਂ ਦੇ, ਜਿਹੜੇ ਮਾਲਕ ਸਨ ਜਿਨ੍ਹਾਂ ਨੇ ਪਾਲੇ ਹੋਏ ਸੀ ਬੱਕਰੇ, ਉਹਨਾਂ ਦੇ ਨਾਲ ਰੇਟ ਤੈਅ ਕੀਤਾ, ਫਿਰ ਬਹਾਨਾ ਲਗਾ ਕੇ ਚਲੇ ਗਏ। ਰਾਤ ਦੇ ਹਨੇਰੇ 'ਚ ਆਏ ਅਤੇ ਲੱਖਾਂ ਰੁਪਏ ਦੇ ਬੱਕਰੇ ਚੋਰੀ ਕਰਕੇ ਲੈ ਗਏ। ਹੁਣ ਸੋਨੇ ਚਾਂਦੀ ਦੇ ਨਾਲ ਨਾਲ ਬੱਕਰੇ ਵੀ ਚੋਰੀ ਹੋਣ ਲੱਗ ਗਏ ਨੇ। ਜੀ ਹਾਂ, ਬੱਕਰੇ ਜੋ ਕਿ ਈਦ ਆ ਰਹੀ ਹੈ ਤਾਂ ਇਹਨਾਂ ਬੱਕਰਿਆਂ ਦੀ ਕੀਮਤ ਲੱਖਾਂ ਰੁਪਏ 'ਚ ਲੱਗਣੀ ਸੀ। ਵਿਦੇਸ਼ੀ ਨਸਲ ਤੋਂ ਕਈ ਦਿਨਾਂ ਤੋਂ ਇਹ ਕਿਸਾਨ ਵਿਦੇਸ਼ੀ ਨਸਲ ਦੇ ਇਹਨਾਂ ਬੱਕਰਿਆਂ ਨੂੰ ਪਾਲ ਰਿਹਾ ਸੀ। ਲੱਖਾਂ ਰੁਪਏ ਇਹਨਾਂ 'ਤੇ ਖਰਚ ਵੀ ਕੀਤੇ ਉਸਨੇ, ਬਾਹਰੋਂ ਦੀ ਇਹਨਾਂ ਬੱਕਰਿਆਂ ਨੂੰ ਇੰਪੋਰਟ ਕੀਤਾ, ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਗ੍ਰਾਹਕ ਦੇ ਰੂਪ ਦੇ ਵਿੱਚ ਚੋਰ ਉਹਨੂੰ ਟੁੱਟ ਕੇ ਪੈ ਜਾਣਗੇ। ਚੋਰ ਬੜੇ ਹੀ ਚਲਾਕੀ ਦੇ ਨਾਲ, ਕਿਸਾਨ ਰਾਜਵਿੰਦਰ ਸਿੰਘ ਜਿਸਨੇ ਇਹ ਸਾਰੇ ਬੱਕਰਿਆਂ ਨੂੰ ਪਾਲਿਆ ਹੋਇਆ ਸੀ, ਇਸ ਦੇ ਨਾਲ ਨਾਲ ਉਹਨਾਂ ਨੇ ਕਈ ਹੋਰ ਵੀ ਜਿਹੜੇ ਪਾਲਤੂ ਜਾਨਵਰ ਨੇ ਉਹ ਵੀ ਪਾਲੇ ਹੋਏ ਨੇ ਆਪਣੇ ਫਾਰਮ ਦੇ ਵਿੱਚ, ਤਾਂ ਸੂਅਰ ਅਤੇ ਬੱਕਰੇ ਉਹਨਾਂ ਚੋਰਾਂ ਦੇ ਵੱਲੋਂ ਗ੍ਰਾਹਕ ਬਣ ਕੇ ਦੇਖੇ ਗਏ। ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਉਹ ਚੋਰ ਆਏ ਨਜ਼ਰ। ਹਾਲਾਂਕਿ ਰਾਜਵਿੰਦਰ ਸਿੰਘ ਦੇ ਵੱਲੋਂ ਸ਼ਿਕਾਇਤ ਦਰਜ ਕਰ ਦਿੱਤੀ ਗਈ ਹੈ, ਪਰ ਕਨਫਰਮ ਨਹੀਂ ਹੋਇਆ ਕਿ ਉਹ ਚੋਰ ਉਹੀ ਸਨ ਜੋ ਗ੍ਰਾਹਕ ਬਣ ਕੇ ਆਏ। ਪਰ ਸ਼ੱਕ ਪੂਰਾ ਹੈ ਰਾਜਵਿੰਦਰ ਸਿੰਘ ਦਾ ਕਿ ਜਿਹੜੇ ਬੰਦੇ ਗ੍ਰਾਹਕ ਬਣ ਕੇ ਨਾ ਬੱਕਰਿਆਂ ਦੀ ਸੌਦੇਬਾਜ਼ੀ ਕਰਨ ਆਏ ਸੀ, ਰਾਤ ਨੂੰ ਉਹੀ ਚੋਰ ਬਣ ਕੇ ਆਏ ਅਤੇ ਬੱਕਰੇ ਚੋਰੀ ਕਰਕੇ ਲੈ ਗਏ ਆਟੋਆਂ ਦੇ ਵਿੱਚ ਭਰ ਕੇ। ਆਓ ਕਿਸਾਨ ਤੋਂ ਜਾਣਦੇ ਹਾਂ ਕਿ ਆਖਰਕਾਰ ਕੀ ਹੋਇਆ, ਕਿੰਨੇ ਬੱਕਰੇ ਸੀਗੇ, ਕਿੰਨੇ ਸੂਰ ਚੋਰੀ ਹੋਏ ਤੇ ਕੀ ਉਹਨਾਂ ਦੀ ਕੀਮਤ ਸੀ। ਇਹ ਮੇਰੇ ਕੋਲ ਜੀ ਬੀਟਲ ਅੰਬਰਸਰੀ ਪਿਓਰ ਵਰਾਇਟੀ ਹੈ, ਆਪਾਂ ਰੱਖੀ ਹੋਈ ਹੈ। ਤਕਰੀਬਨ 2016 ਤੋਂ ਮੈਂ ਇਹ ਕੰਮ ਕਰ ਰਿਹਾ। ਪਹਿਲਾਂ ਮੈਂ ਪਿਗਰੀ ਦਾ ਸਟਾਰਟ ਕੀਤਾ ਸੀ ਜੀ, ਉਸ ਤੋਂ ਬਾਅਦ ਹੌਲੀ ਹੌਲੀ ਮੈਂ ਸੋਚਿਆ ਵੀ ਕੋਈ ਹੋਰ ਵੀ ਵਧਾ ਕੇ ਆਪਾਂ ਕੰਮ ਕਰੀਏ, ਕਿਉਂਕਿ ਘਰੇਲੂ ਖਰਚਿਆਂ ਹੋਣ ਕਰਕੇ ਵੀ ਕੰਮ ਕਰਨੇ ਜ਼ਰੂਰੀ ਨੇ ਨਾਲ ਇਹੋ ਜਿਹੇ। ਫਿਰ ਮੈਂ ਬੱਕਰੀਆਂ ਦਾ ਕੰਮ ਸਟਾਰਟ ਕੀਤਾ ਜੀ ਨਾਲ। ਬੱਕਰਿਆਂ ਦੇ ਤਕਰੀਬਨ ਮੈਂ ਕੁਆਲਿਟੀ ਜਿਹੜੀ ਇਹ ਆਪਣੀ A+ ਗ੍ਰੇਡ ਬਣਾਈ ਹੋਈ ਸੀ, ਜਿਹੜੇ ਮੇਰੇ ਕੋਲ ਵਧੀਆ ਅੰਬਰਸਰੀ ਬੀਟਲ ਨਸਲ ਦੇ ਵਧੀਆ ਬਰੀਡਰ ਸੀ। ਜਿਹੜੇ ਹੁਣ ਤੁਹਾਡੇ ਚੋਰੀ ਹੋਏ, ਕਿੰਨੀ ਕੀਮਤ ਦੇ, ਕਿਹੜੀ ਉਹ ਬਰੀਡ ਸੀ ਜਿਹੜੀ? ਇਹ ਜਿਹੜੀ ਮੇਰੀ ਕੀਮਤ ਸੀ ਤਕਰੀਬਨ ਇੱਕ ਬੱਕਰੇ ਦੀ, ਜਿਹੜਾ ਬਰੀਡਰ ਹੈ ਜੀ ਮੇਰਾ, ਉਹ ਤਕਰੀਬਨ 1-1.5 ਲੱਖ ਦੀ ਕੀਮਤ ਦਾ ਇੱਕ ਬਰੀਡਰ ਸੀ ਜੀ। ਬੱਕਰੀਆਂ ਦੀ ਕੀਮਤ ਅਲੱਗ ਅਲੱਗ, ਜਿਵੇਂ ਕਿਸੇ ਦੀ 50,000, ਕਿਸੇ 60, 65, 70, 80 ਲੱਖ ਤੱਕ ਜਾਂਦੀ ਹੈ ਜੀ। ਬਾਕੀ ਬੱਚੇ ਦੀ ਇੱਕ ਕੀਮਤ ਸਟਾਰਟ ਹੋ ਜਾਂਦੀ 10-20 ਹਜ਼ਾਰ ਰੁਪਇਆ ਜੀ। ਤੁਹਾਡੇ ਪਿੱਗ ਹੈ ਕਿਹੜੀ ਬਰੀਡ ਹੈ? ਇਹ ਆਪਣੀ ਜੀ ਇੰਗਲੈਂਡ ਦੀ ਨਿਊਯੋਰਕ ਬਰੀਡ ਹੈ ਜੀ, ਯੋਰਕਸ਼ਾਇਰ। ਇਹ ਉੱਥੋਂ ਆਪਣਾ ਸਰਕਾਰੀ ਫਾਰਮ ਤੋਂ ਲਈ ਹੋਈ ਹੈ ਜੀ, ਨਾਭੇ ਤੋਂ। ਇਹ ਆਪਾਂ ਉੱਥੋਂ ਕੰਮ ਸਟਾਰਟ ਕੀਤਾ ਸੀ ਲੈ ਕੇ। ਅਤੇ ਜਿਹੜਾ ਇਹ ਚੋਰੀ ਹੋਇਆ, ਕਿੰਨਾ ਕੁ ਅਨੁਸਾਰ? ਇਹ ਤਕਰੀਬਨ ਜੀ ਲਾ ਕੇ ਚੱਲੀਏ, ਜੇ ਮਾਰਕੀਟ ਰੇਟ ਦੇ ਹਿਸਾਬ ਨਾਲ ਤਾਂ 4.5 ਲੱਖ ਰੁਪਏ ਦਾ ਸੂਰ ਅਤੇ ਬੱਕਰੇ ਮੇਰੇ ਚੋਰੀ ਹੋਏ। ਇੱਥੇ ਮੰਨ ਲਓ ਤੁਹਾਡੇ ਘਰ ਵੀ ਡੇਰੇ ਹੈ, ਮੰਨ ਲਓ ਇੱਥੇ ਖੇਤਾਂ 'ਚ? ਸਰ ਜਦੋਂ ਆਪਾਂ ਤਕਰੀਬਨ, ਮੈਂ ਫਾਰਮ ਦੇ ਬਾਹਰ ਲਾਈਟਾਂ ਲੱਗੀਆਂ ਹੋਈਆਂ ਨੇ ਮੇਰੇ ਜੀ, ਅਤੇ ਕੈਮਰੇ ਮੇਰੇ ਘਰ ਹੀ ਲੱਗੇ ਹੋਏ ਨੇ ਤਕਰੀਬਨ। ਉੱਥੋਂ ਥੋੜ੍ਹਾ ਜਿਹਾ ਇੱਥੇ ਤੱਕ ਮਾਰ ਕਰਦੇ ਨੇ। ਜਦੋਂ ਸਵੇਰੇ ਘਰ ਦੇ ਮੇਰੇ ਉੱਠੇ ਕਿ 3 ਵਜੇ, 3:15 ਵਜੇ, ਉਹਨਾਂ ਕਿਹਾ ਵੀ ਫਾਰਮ ਦੀਆਂ ਲਾਈਟਾਂ ਬੰਦ ਨੇ, ਕੀ ਹੋਇਆ? ਮੈਂ ਉਹਦੇ ਨਾਲ ਦੇ ਨਾਲ ਭੱਜਿਆ ਆ ਕੇ ਦੇਖਿਆ ਕਿ ਜੰਦਰਾ ਟੁੱਟਾ ਪਿਆ ਸੀ, ਜਾਨਵਰ 2-3 ਬਾਹਰ ਲੱਗੇ ਫਿਰਦੇ ਸੀ। ਅਤੇ ਪੁਲਿਸ ਕਿਸ ਤਰ੍ਹਾਂ ਸਹਿਯੋਗ ਕਰੀ ਤੁਹਾਡਾ? ਪੁਲਿਸ ਪੂਰਾ ਸਹਿਯੋਗ ਦਿੱਤਾ ਜੀ, ਪੁਲਿਸ ਨੇ, HSO ਸਾਹਿਬ ਨੇ ਪੂਰਾ ਆਪਣਾ ਸਹਿਯੋਗ ਦਿੱਤਾ ਜੀ। ਸਾਰੇ ਉੱਦਣ ਦੇ ਭੱਜ ਰਹੇ ਨੇ ਜੀ, ਸਾਰੀ ਉਹਨਾਂ ਨੇ ਆਪਣੀ ਰਿਕਵਰੀ ਕਰ ਰਹੇ ਨੇ ਪੂਰੀ।